ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਜਿੱਥੇ ਇੱਕ ਪਾਸੇ ਭਾਰਤ ਬੰਦ ਦੀ ਖੋਲ ਦਾ ਅਸਰ ਜਲੰਧਰ ਸ਼ਹਿਰ ਵਿੱਚ ਥੋੜਾ ਬਹੁਤ ਦਿਖਦਾ ਪਿਆ, ਦੂਜੇ ਪਾਸੇ ਮੌਸਮ ਵੀ ਬਦਲ ਚੁੱਕਾ ਹੋਇਆ। ਤਸਵੀਰਾਂ ਦੇਖ ਸਕਦੇ ਹੋ ਕਿ ਤੇਜ਼ ਬਾਰਿਸ਼ ਜਿਹੜੀ ਕਿਤੇ ਹੋ ਰਹੀ ਹੈ, ਕਿਉਂਕਿ 10 ਵਜੇ ਹੀ ਜਿਹੜੇ ਕਾਲੇ ਬੱਦਲ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਬਾਰਿਸ਼ ਕਾਫੀ ਤੇਜ਼ ਹੋ ਰਹੀ ਹੈ ਤੇ ਕੁਛ ਹੀ ਦੇਰ ਦੀ ਬਾਰਿਸ਼ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਵੀ ਹੁਣ ਇੱਥੇ ਭਰਨਾ ਸ਼ੁਰੂ ਹੋ ਚੁੱਕਾ ਹੈ, ਜਿਸ ਕਰਕੇ ਜਿਹੜੇ ਲੋਕ ਧਰਨੇ ਤੇ ਬੈਠੇ ਹੋਏ ਸੀਗੇ ਉਹਨਾਂ ਨੂੰ ਵੀ ਇੱਥੋਂ ਉੱਠਣ ਲਈ ਮਜਬੂਰ ਹੋਣਾ ਪਿਆ ਵਾ, ਕਿਉਂਕਿ ਇੱਥੇ ਦਰੀਆਂ ਹੁਣ ਗਿੱਲੀਆਂ ਹੋ ਚੁੱਕੀ ਹੈ ਤੇ ਇੱਥੇ ਪਾਣੀ ਭਰ ਚੁੱਕਾ ਹੈ, ਕਿਉਂਕਿ ਇਸੀ ਥਾਂ ਤੇ ਇਹ ਲੋਕ ਬੈਠੇ ਹੋਏ ਸੀਗੇ ਤਾਂ ਇਸ ਥਾਂ ਦੇ ਉੱਤੇ ਹੁਣ ਪਾਣੀ ਭਰ ਚੁੱਕਾ ਹੈ, ਕਿਉਂਕਿ ਹੁਣ 15-20 ਮਿੰਟ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਬਾਰਿਸ਼ ਕਾਫੀ ਤੇਜ਼ ਹੁੰਦੀ ਪਈ ਹੈ, ਜਿਸ ਕਰਕੇ ਹੁਣ ਗਰਮੀ ਤੋਂ ਵੀ ਰਾਹਤ ਮਿਲੀ ਹੈ, ਕਿਉਂਕਿ ਬੀਤੇ ਦਿਨ ਕਾਫੀ ਗਰਮੀ ਸੀਗੀ, ਟੈਂਪਰੇਚਰ ਕਾਫੀ ਹਾਈ ਸੀਗਾ, ਲੇਕਿਨ ਬਾਰਿਸ਼ ਪੈਣ ਦੇ ਨਾਲ ਮੌਸਮ ਵਿੱਚ ਇੱਕ ਠੰਡਕ ਜਿਹੜੀ ਕੀ ਹੈ ਦਿਖਣੀ ਸ਼ੁਰੂ ਹੋਈ ਹੈ। ਉਸ ਤੋਂ ਇਲਾਵਾ ਤਸਵੀਰਾਂ ਦੇਖ ਸਕਦੇ ਕਿ ਰੋਡ ਜਿਹੜੀ ਕੀ ਹਜੇ ਵੀ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਹੈ, ਇੱਥੇ ਰੱਸੀਆਂ ਲਗਾਈਆਂ ਗਈਆਂ ਤੇ ਗੱਡੀਆਂ ਜਿਹੜੀ ਕੀ ਹੈ ਸਰਵਿਸ ਲਾਈਨ ਤੋਂ ਹੁੰਦੇ ਹੋਏ ਸ਼ਹਿਰ 'ਚ ਜਿਹੜੀ ਕੀ ਦੂਜੇ ਥਾਵਾਂ ਤੇ ਜਾ ਰਹੀ ਹੈ, ਕਿਉਂਕਿ ਇਹ ਰੋਡ ਪਠਾਨਕੋਟ ਵੱਲੋਂ ਆ ਰਹੀ ਹੈ ਤੇ ਮੇਨ ਹਾਈਵੇ ਹੈਗਾ, ਕਿਉਂਕਿ ਇਹ ਰੋਡ ਸਿੱਧਾ ਇੱਥੋਂ ਜਲੰਧਰ ਸ਼ਹਿਰ 'ਚ ਐਂਟਰ ਹੁੰਦੀ ਹੈ, ਲੇਕਿਨ ਪਠਾਨਕੋਟ ਚੌਂਕ ਦੇ ਵਿੱਚ ਧਰਨਾ ਲੱਗਣ ਕਾਰਨ ਜਿਹੜਾ ਕੀ ਹੈ ਇੱਥੇ ਹੁਣ ਇਹਨਾਂ ਨੂੰ ਡੇਵਾ ਚੌਂਕ ਤੇ ਲੰਮਾ ਪਿੰਡ ਚੌਂਕ ਤੇ ਜਿਹੜਾ ਕੀ ਹੈ ਸ਼ਹਿਰ ਵਿੱਚ ਐਂਟਰ ਹੋਣਾ ਪੈਣਾ, ਲੇਕਿਨ ਜੋਸ਼ ਬੀਐਸਪੀ ਦੇ ਵਰਕਰਾਂ ਨਜ਼ਰ ਆ ਰਿਹਾ ਵੈ, ਹਲੇ ਵੀ ਇਹਨਾਂ ਵੱਲੋਂ ਜਿਹੜੀ ਕਿ ਨਾਅਰੇਬਾਜ਼ੀ ਕੀਤੀ ਗਈ ਹੈ, ਕਿਉਂਕਿ ਪਾਣੀ ਭਰਿਆ ਹੋਇਆ ਵੈ ਤੇ ਚੌਂਕ ਦੇ ਆਲੇ ਦੁਆਲੇ ਲੋਕ ਖੜੇ ਹੋ ਚੁੱਕੇ ਤੇ ਪੁਲਿਸ ਵੀ ਜਿਹੜੀ ਕੀ ਹੈ ਇੱਥੇ ਪੂਰੀ ਤਰ੍ਹਾਂ ਮੁਸਤੈਦ ਹੈ, ਪੁਲਿਸ ਬਲ ਵੀ ਇੱਥੇ ਪੂਰੀ ਤਰ੍ਹਾਂ ਮੁਸਤੈਦ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਹੰਸਨਾਮੀ ਘਟਨਾ ਨਾ ਵਾਪਰੇ, ਕਿਉਂਕਿ ਬਹੁਤ ਸਾਰੇ ਜਥੇਬੰਦੀਆਂ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਬੰਦ ਨਹੀਂ ਹੋਣ ਦੇਵਾਂਗੇ, ਜਿਸ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਸਿਕਿਉਰਿਟੀ ਦੇ ਜਿਹੜੇ ਕਿ ਪੁਖਤਾ ਇੰਤਜ਼ਾਮ ਕੀਤੇ ਹੋਏ ਆ। ਹੁਣ ਵੇਖਣ ਵਾਲੀ ਗੱਲ ਹੋ ਕਿ ਇਸ ਚੀਜ਼ ਦਾ ਅਸਰ ਕਿੰਨੀ ਦੇਰ ਤੱਕ ਜਿਹੜਾ ਕੀ ਹੈ ਨਜ਼ਰ ਆਊਗਾ ਤਾਂ ਕਿੰਨੀ ਦੇਰ ਤੱਕ ਬਾਕੀ ਸ਼ਹਿਰ ਬੰਦ ਹੁੰਦਾ ਵੈ ਜਾਂ ਫਿਰ ਨਹੀਂ। ਕੈਮਰਾਮੈਨ ਅਜੇ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ ਜਲੰਧਰ। ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਜਿੱਥੇ ਇੱਕ ਪਾਸੇ ਭਾਰਤ ਬੰਦ ਦੀ ਖੋਲ ਦਾ ਅਸਰ ਜਲੰਧਰ ਸ਼ਹਿਰ ਵਿੱਚ ਥੋੜਾ ਬਹੁਤ ਦਿਖਦਾ ਪਿਆ, ਦੂਜੇ ਪਾਸੇ ਮੌਸਮ ਵੀ ਬਦਲ ਚੁੱਕਾ ਹੋਇਆ। ਤਸਵੀਰਾਂ ਦੇਖ ਸਕਦੇ ਹੋ ਕਿ ਤੇਜ਼ ਬਾਰਿਸ਼ ਜਿਹੜੀ ਕਿਤੇ ਹੋ ਰਹੀ ਹੈ, ਕਿਉਂਕਿ 10 ਵਜੇ ਹੀ ਜਿਹੜੇ ਕਾਲੇ ਬੱਦਲ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਬਾਰਿਸ਼ ਕਾਫੀ ਤੇਜ਼ ਹੋ ਰਹੀ ਹੈ ਤੇ ਕੁਛ ਹੀ ਦੇਰ ਦੀ ਬਾਰਿਸ਼ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਵੀ ਹੁਣ ਇੱਥੇ ਭਰਨਾ ਸ਼ੁਰੂ ਹੋ ਚੁੱਕਾ ਹੈ, ਜਿਸ ਕਰਕੇ ਜਿਹੜੇ ਲੋਕ ਧਰਨੇ ਤੇ ਬੈਠੇ ਹੋਏ ਸੀਗੇ ਉਹਨਾਂ ਨੂੰ ਵੀ ਇੱਥੋਂ ਉੱਠਣ ਲਈ ਮਜਬੂਰ ਹੋਣਾ ਪਿਆ ਵਾ, ਕਿਉਂਕਿ ਇੱਥੇ ਦਰੀਆਂ ਹੁਣ ਗਿੱਲੀਆਂ ਹੋ ਚੁੱਕੀ ਹੈ ਤੇ ਇੱਥੇ ਪਾਣੀ ਭਰ ਚੁੱਕਾ ਹੈ, ਕਿਉਂਕਿ ਇਸੀ ਥਾਂ ਤੇ ਇਹ ਲੋਕ ਬੈਠੇ ਹੋਏ ਸੀਗੇ ਤਾਂ ਇਸ ਥਾਂ ਦੇ ਉੱਤੇ ਹੁਣ ਪਾਣੀ ਭਰ ਚੁੱਕਾ ਹੈ, ਕਿਉਂਕਿ ਹੁਣ 15-20 ਮਿੰਟ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਬਾਰਿਸ਼ ਕਾਫੀ ਤੇਜ਼ ਹੁੰਦੀ ਪਈ ਹੈ, ਜਿਸ ਕਰਕੇ ਹੁਣ ਗਰਮੀ ਤੋਂ ਵੀ ਰਾਹਤ ਮਿਲੀ ਹੈ, ਕਿਉਂਕਿ ਬੀਤੇ ਦਿਨ ਕਾਫੀ ਗਰਮੀ ਸੀਗੀ, ਟੈਂਪਰੇਚਰ ਕਾਫੀ ਹਾਈ ਸੀਗਾ, ਲੇਕਿਨ ਬਾਰਿਸ਼ ਪੈਣ ਦੇ ਨਾਲ ਮੌਸਮ ਵਿੱਚ ਇੱਕ ਠੰਡਕ ਜਿਹੜੀ ਕੀ ਹੈ ਦਿਖਣੀ ਸ਼ੁਰੂ ਹੋਈ ਹੈ। ਉਸ ਤੋਂ ਇਲਾਵਾ ਤਸਵੀਰਾਂ ਦੇਖ ਸਕਦੇ ਕਿ ਰੋਡ ਜਿਹੜੀ ਕੀ ਹਜੇ ਵੀ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਹੈ, ਇੱਥੇ ਰੱਸੀਆਂ ਲਗਾਈਆਂ ਗਈਆਂ ਤੇ ਗੱਡੀਆਂ ਜਿਹੜੀ ਕੀ ਹੈ ਸਰਵਿਸ ਲਾਈਨ ਤੋਂ ਹੁੰਦੇ ਹੋਏ ਸ਼ਹਿਰ 'ਚ ਜਿਹੜੀ ਕਿ ਦੂਜੇ ਥਾਵਾਂ ਤੇ ਜਾ ਰਹੀ ਹੈ, ਕਿਉਂਕਿ ਇਹ ਰੋਡ ਪਠਾਨਕੋਟ ਵੱਲੋਂ ਆ ਰਹੀ ਹੈ ਤੇ ਮੇਨ ਹਾਈਵੇ ਹੈਗਾ, ਕਿਉਂਕਿ ਇਹ ਰੋਡ ਸਿੱਧਾ ਇੱਥੋਂ ਜਲੰਧਰ ਸ਼ਹਿਰ 'ਚ ਐਂਟਰ ਹੁੰਦੀ ਹੈ, ਲੇਕਿਨ ਪਠਾਨਕੋਟ ਚੌਂਕ ਦੇ ਵਿੱਚ ਧਰਨਾ ਲੱਗਣ ਕਾਰਨ ਜਿਹੜਾ ਕੀ ਹੈ ਇੱਥੇ ਹੁਣ ਇਹਨਾਂ ਨੂੰ ਡੇਵਾ ਚੌਂਕ ਤੇ ਲੰਮਾ ਪਿੰਡ ਚੌਂਕ ਤੇ ਜਿਹੜਾ ਕੀ ਹੈ ਸ਼ਹਿਰ ਵਿੱਚ ਐਂਟਰ ਹੋਣਾ ਪੈਣਾ, ਲੇਕਿਨ ਜੋਸ਼ ਬੀਐਸਪੀ ਦੇ ਵਰਕਰਾਂ ਨਜ਼ਰ ਆ ਰਿਹਾ ਵੈ, ਹਲੇ ਵੀ ਇਹਨਾਂ ਵੱਲੋਂ ਜਿਹੜੀ ਕਿ ਨਾਅਰੇਬਾਜ਼ੀ ਕੀਤੀ ਗਈ ਹੈ, ਕਿਉਂਕਿ ਪਾਣੀ ਭਰਿਆ ਹੋਇਆ ਵੈ ਤੇ ਚੌਂਕ ਦੇ ਆਲੇ ਦੁਆਲੇ ਲੋਕ ਖੜੇ ਹੋ ਚੁੱਕੇ ਤੇ ਪੁਲਿਸ ਵੀ ਜਿਹੜੀ ਕੀ ਹੈ ਇੱਥੇ ਪੂਰੀ ਤਰ੍ਹਾਂ ਮੁਸਤੈਦ ਹੈ, ਪੁਲਿਸ ਬਲ ਵੀ ਇੱਥੇ ਪੂਰੀ ਤਰ੍ਹਾਂ ਮੁਸਤੈਦ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਹੰਸਨਾਮੀ ਘਟਨਾ ਨਾ ਵਾਪਰੇ, ਕਿਉਂਕਿ ਬਹੁਤ ਸਾਰੇ ਜਥੇਬੰਦੀਆਂ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਬੰਦ ਨਹੀਂ ਹੋਣ ਦੇਵਾਂਗੇ, ਜਿਸ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਸਿਕਿਉਰਿਟੀ ਦੇ ਜਿਹੜੇ ਕਿ ਪੁਖਤਾ ਇੰਤਜ਼ਾਮ ਕੀਤੇ ਹੋਏ ਆ। ਹੁਣ ਵੇਖਣ ਵਾਲੀ ਗੱਲ ਹੋ ਕਿ ਇਸ ਚੀਜ਼ ਦਾ ਅਸਰ ਕਿੰਨੀ ਦੇਰ ਤੱਕ ਜਿਹੜਾ ਕੀ ਹੈ ਨਜ਼ਰ ਆਊਗਾ ਤਾਂ ਕਿੰਨੀ ਦੇਰ ਤੱਕ ਬਾਕੀ ਸ਼ਹਿਰ ਬੰਦ ਹੁੰਦਾ ਵੈ ਜਾਂ ਫਿਰ ਨਹੀਂ। ਕੈਮਰਾਮੈਨ ਅਜੇ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ ਜਲੰਧਰ।